ਕੌਣ ਕਹਿੰਦਾ ਹੈ ਕਿ ਮਾਂ ਬਾਪ ਆਪਣੇ ਬੱਚਿਆਂ ਦੇ ਨਾਲ ਫਰਕ ਨਹੀਂ ਕਰਦੇ? ਕਰਦੇ ਆ, ਜ਼ਰੂਰ ਕਰਦੇ ਆ, ਜਾਣ ਬੁੱਝ ਕੇ ਕਰਦੇ ਆ ਜਾਂ ਅਣਜਾਣੇ ਦੇ ਵਿੱਚ, ਇਹ ਤਾਂ ਪਰ ਉਹੀ ਜਾਣਦੇ ਆ। ਮੈਂ ਕਿਤੇ ਪੜ੍ਹਿਆ ਸੀ ਕਿ ਮਾਂ ਬਾਪ ਹੀ ਅੱਜ ਕੱਲ੍ਹ ਆਪਣੇ ਬੱਚਿਆਂ ਦੇ ਵਿੱਚ ਕਾਣੀ ਵੰਡ ਕਰਨ ਲੱਗ ਪਏ, ਇਸ ਕਰਕੇ ਉਹਨਾਂ ਦੀ ਆਪਸ ਦੇ ਵਿੱਚ ਬਣਦੀ ਨਹੀਂ। ਤੁਸੀਂ ਕਦੇ ਵੀ ਦੇਖ ਲਿਓ ਕਿ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਬੋਝ ਮਾਂ ਬਾਪ ਉਸ ਬੱਚੇ ਨੂੰ ਦਿੰਦੇ ਆ ਜਿਹਨੂੰ ਆਪਣੀ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਆ, ਜਿਹੜਾ ਭਾਵੇਂ ਆਪਣੇ ਮਾਂ ਬਾਪ ਦੇ ਨਾਲ ਲੜਦਾ ਹੋਵੇ, ਪਰ ਉਹ ਇਨਸਾਨ ਕਦੇ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦਾ। ਉਹਦਾ ਦਿਲ ਆਪਣੇ ਮਾਪਿਆਂ ਦੇ ਪ੍ਰਤੀ ਸਾਫ਼ ਹੁੰਦਾ ਆ, ਪਰ ਉਹ ਮਾਂ ਬਾਪ ਉਹਨੂੰ ਇਸ ਤਰੀਕੇ ਦੇ ਨਾਲ ਯੂਜ਼ ਕਰਦੇ ਹੁੰਦੇ ਆ ਕਿ ਕੋਈ ਸੋਚ ਵੀ ਨਹੀਂ ਸਕਦਾ। ਅਤੇ ਦੂਸਰੇ ਪਾਸੇ ਘਰ ਦੇ ਅੰਦਰ ਜਿਹੜੇ ਬਾਕੀ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਕਿਸੇ ਦੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ, ਸਾਰੀ ਜ਼ਿੰਦਗੀ ਉਹ ਚੁੱਪ ਕਰਕੇ ਆਪਣਾ ਸਭ ਕੁਝ ਬਣਾ ਲੈਂਦੇ ਆ ਬਿਨਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੇ ਤੋਂ। ਅਤੇ ਮਾਂ ਬਾਪ ਸਭ ਤੋਂ ਜ਼ਿਆਦਾ ਪਿੱਛਾ ਵੀ ਇਹਨਾਂ ਦਾ ਕਰਦੇ ਹੁੰਦੇ ਆ, ਉਹਨਾਂ ਦੀਆਂ ਗੱਲਾਂ ਵੀ ਸੁਣਦੇ ਹੁੰਦੇ ਆ ਅਤੇ ਹਮੇਸ਼ਾ ਉਹਨਾਂ ਦਾ ਪੱਖ ਵੀ ਲੈਂਦੇ ਆ, ਪਰ ਉਹਨਾਂ ਨੂੰ ਇਸ ਚੀਜ਼ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਉਹਨਾਂ ਦੇ ਬਾਰੇ ਕੋਈ ਕੀ ਸੋਚਦਾ ਆ, ਉਹ ਤਾਂ ਬਸ ਚੁੱਪ ਕਰਕੇ ਤਮਾਸ਼ਾ ਦੇਖ ਰਹੇ ਹੁੰਦੇ ਆ। ਅਤੇ ਜਿਹੜਾ ਬੱਚਾ ਸਾਰੀ ਜ਼ਿੰਦਗੀ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦਾ ਹੁੰਦਾ ਆ ਉਹਦਾ ਪੱਖ ਉਹ ਮਾਂ ਬਾਪ ਕਦੇ ਵੀ ਨਹੀਂ ਲੈਂਦੇ, ਕਦੇ ਵੀ ਉਹਨੂੰ ਪਿਆਰ ਦੇ ਨਾਲ ਇਹ ਦੋ ਬੋਲ ਨਹੀਂ ਬੋਲਦੇ ਕਿ ਸਾਨੂੰ ਪਤਾ ਆ ਕਿ ਤੂੰ ਸਾਡੇ ਵਾਸਤੇ ਬਹੁਤ ਕੁਛ ਕੀਤਾ ਆ, ਬਲਕਿ 24 ਘੰਟੇ ਉਹਨੂੰ ਲਾ ਲਾ ਕੇ ਸਿੱਟਦੇ ਰਹਿੰਦੇ ਆ। ਅਤੇ ਉਹ ਵਿਚਾਰਾ ਦਿਲ ਦਾ ਇੰਨਾ ਸਾਫ਼ ਹੁੰਦਾ ਆ ਕਿ ਉਹਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਉਹ ਆਪਣੇ ਮਾਂ ਬਾਪ ਤੋਂ ਬਿਨਾਂ ਰਹਿ ਵੀ ਨਹੀਂ ਸਕਦਾ, ਅਤੇ ਇਸੇ ਹੀ ਗੱਲ ਦਾ ਉਹ ਫਾਇਦਾ ਉਠਾਉਂਦੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਉਹਦਾ ਦਿਲ ਕਿੰਨਾ ਕਮਜ਼ੋਰ ਆ। ਸੋ ਕਹਿਣ ਦਾ ਭਾਵ ਇਹ ਆ ਕਿ ਜਿਹੜਾ ਜ਼ਿਆਦਾ ਕਰਦਾ ਆ ਉਹਦੀ ਕਦਰ ਨਹੀਂ, ਅਤੇ ਜਿਹਨੂੰ ਕੋਈ ਲੈਣ ਦੇਣ ਨਹੀਂ ਉਹਦੇ ਮਗਰ ਮਗਰ ਫਿਰਦੇ ਆ। ਕਈਆਂ ਨੂੰ ਇਹ ਗੱਲ ਸੁਣ ਕੇ ਹੈਰਾਨਗੀ ਹੋਊਗੀ, ਪਰ ਇਹ ਵੀ ਇੱਕ ਅੱਜ ਦੀ ਦੁਨੀਆ ਦੀ ਸੱਚਾਈ ਆ, ਅਤੇ ਇਹ ਤਾਂ ਬਸ ਉਹੀ ਜਾਣਦੇ ਆ ਜਿਨ੍ਹਾਂ ਦੀ ਕਦਰ ਨਹੀਂ ਹੁੰਦੀ, ਜਿਨ੍ਹਾਂ ਨੇ ਆਪਣੇ ਬਾਰੇ ਇੱਕ ਮਿੰਟ ਨਾ ਸੋਚਿਆ, ਬਸ ਆਪਣਿਆਂ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਉਹ ਦੁਨੀਆ ਛੱਡ ਕੇ ਚਲੇ ਗਏ। ਅਤੇ ਐਂਡ ਦੇ ਉੱਤੇ ਸੁਣਨੇ ਨੂੰ ਕੀ ਮਿਲਦਾ ਕਿ ਤੂੰ ਸਾਡੇ ਲਈ ਕੀਤਾ ਕੀ? ਸੋ ਅਗਰ ਤੁਹਾਡੇ ਨਾਲ ਵੀ ਇਹੀ ਹੋ ਰਿਹਾ ਆ ਤਾਂ ਮੇਰੀ ਵੀਡੀਓ ਦੇਖ ਕੇ ਤੁਹਾਨੂੰ ਇਹ ਪਤਾ ਲੱਗ ਜਾਊਗਾ ਕਿ ਤੁਸੀਂ ਇਕੱਲੇ ਨਹੀਂ ਹੈਗੇ, ਇਹ ਹੁਣ ਘਰ ਘਰ ਦੀ ਕਹਾਣੀ ਆ। ਇਸ ਕਰਕੇ ਬਾਹਲੀ ਟੈਨਸ਼ਨ ਨਾ ਲਿਆ ਕਰੋ, ਜਿਹੜੇ ਚੁੱਪ ਚਾਪ ਕਰਕੇ ਅੱਗੇ ਵਧੀ ਜਾਂਦੇ ਆ ਉਹਨਾਂ ਵਾਂਗੂ ਜ਼ਿੰਦਗੀ ਜੀਣਾ ਸਿੱਖੋ।